ਜ਼ੀਰੋ ਲਾਈਨ ਨਿਊਜ਼ ਮੇ ਆਪਕਾ ਸਵਾਗਤ ਹੈ। ਜਲੰਧਰ ਤੋਂ ਬਲਵੀਰ ਰਾਣਾ ਕੀ ਖਾਸ ਰਿਪੋਰਟ। ਪਿਛਲੇ ਦਿਨ ਜ਼ੀਰੋ ਲਾਈਨ ਨਿਊਜ਼ ਦੇ ਬਿਊਰੋ ਚੀਫ ਬਿਧੀ ਚੰਦ ਜੀ ਦੇ ਚਾਚਾ ਜੀ ਸ਼੍ਰੀ ਰਾਮ ਆਸਰਾ ਸਵਰਗਤ ਧਾਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਪਤਵੰਤੇ ਸੱਜਣ ਸਰਦਾਰ ਪ੍ਰਗਟ ਸਿੰਘ MLA, ਦਵਿੰਦਰ ਕੁਮਾਰ ਚੀਫ ਐਡੀਟਰ ਜ਼ੀਰੋ ਲਾਈਨ ਨਿਊਜ਼, ਸਾਬਾ ਐਡੀਟਰ ਸੁਮਿਤ ਕੁਮਾਰ ਅਤੇ ਹੋਰ ਪੰਚਾਂ ਸਰਪੰਚਾਂ ਪਤਵੰਤੇ ਸੱਜਣਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸ਼੍ਰੀ ਰਾਮ ਆਸਰਾ ਜੀ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ। लेटेस्ट न्यूज़ देखने के लिए हमारे चैनल को सब्सक्राइब करें।